ਔਰਤਾਂ ਨੂੰ ਪੀੜ ਸਾਂਝੀ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਸੁਬਰਾਮਨਿਨ ਸਵਾਮੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਸੁਬਰਾਮਨਿਨ ਸਵਾਮੀ ਨੇ ਕਿਹਾ ਹੈ ਕਿ ਔਰਤਾਂ ਨੂੰ ਆਪਣੇ ਨਾਲ ਵਾਪਰੇ ਸ਼ੋਸ਼ਣ ਤੇ ਪੀੜਾਂ ਨੂੰ ਸਾਂਝੀ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਉਹ ਮੀ ਟੂ ਮੁਹਿੰਮ ਦਾ ਸਮਰਥਨ ਕਰਦੇ ਹਨ। ਮੈਂ ਪਹਿਲੇ ਹੀ ਕਹਿ ਦਿਆ ਕਿ ਇਹ ਜੋ ਮੀ ਟੂ ਮੂਵਮੈਂਟ ਕਾ ਉਸਕਾ ਮੈਂ ਸਮਰਥਨ ਕਰਤਾ ਹੂੰ ਔਰ ਮੈਂ ਇਹ ਬੁਰਾ ਨਹੀਂ ਮਾਨਤਾ ਹੂੰ ਕਿ ਬਹੁਤ ਦਿਨੋਂ ਕੇ ਬਾਅਦ ਆਏ ਕਿਉਂਕਿ ਉਸ ਸਮੇਂ ਮਾਹੌਲ ਨਹੀਂ ਥਾ। ਮੁਝੇ ਯਾਦ ਹੈ ਮੈਨੇ ਵੀ ਕਈ ਪੋਲੀਟੀਸ਼ੀਅਨਸ ਕੇ ਬਾਰੇ 20 ਸਾਲ ਪਹਿਲੇ ਉਠਾਇਆ ਤਾ ਸਵਾਲ ਜਾਂ ਉਹਨੇ ਮਹਿਲਾਓਂ ਕੇ ਸਾਥ ਦੁਰਵਿਵਹਾਰ ਕੀਆ ਤਬ ਸਾਰੇ ਪ੍ਰੈਸ ਨੇ ਮੁਝੇ ਕਿਹਾ ਤੁਮ ਬਹੁਤ ਪਰਸਨਲ ਹੋਤੇ ਹੋ ਇਹ ਪਰਸਨਲ ਚੀਜ਼ੋਂ ਮੇਂ ਮਨ ਨਹੀਂ ਜਾਣਾ ਚਾਹੀਏ। ਆ ਜ਼ਮਾਨਾ ਬਦਲ ਗਿਆ ਆਜ ਸਭ ਲੋਕ ਪਰਸਨਲ ਕੋ ਟੈਲੀਵਿਜ਼ਨ ਲਾਇਕ ਬਣਾ ਦਿਆ ਤੋ ਮੈਂ ਕਹਿਤਾ ਹੂੰ ਕਿ ਇਸਮੇਂ ਕੋਈ ਇੱਕ ਮਾਪਦੰਡ ਹੋਣੀ ਚਾਹੀਏ ਜੋ ਵੀ ਕੰਪਲੇਂਟ ਦੇਤੇ ਹੈ ਵੋ ਪਹਿਲੇ ਨਹੀਂ ਦਿਆ ਆਜ ਕਿਉਂ ਦੇ ਰਹੇ ਯੇ ਸਵਾਲ ਨਹੀਂ ਹੋਣਾ ਚਾਹੀਏ। ਪਰਿਸਥਿਤੀ ਬਦਲ ਗਈ ਹੈ ਜਹਾਂ ਲੋਕ ਆਜ ਹਿੰਮਤ ਕਰਤੇ ਹੈ ਮਹਿਲਾਓਂ ਕੀ ਇਕਨਾਮਿਕ ਪੋਜੀਸ਼ਨ ਵੀ ਸੁਧਰ ਗਈ ਹੈ ਤੋ ਅਬ ਆਖਿਰ ਮੇਂ ਮਿਨਿਸਟਰ ਹੈ ਹਮਾਰੀ ਪਾਰਟੀ ਕੇ ਕੋਈ ਪ੍ਰਵਕਤਾ ਨਹੀਂ ਬੋਲ ਰਿਹਾ ਹੈ ਔਰ ਜੋ ਜਿਸਨੇ ਪ੍ਰਧਾਨ ਮੰਤਰੀ ਕੋ ਇਸ ਪਰ ਬੋਲਣਾ ਚਾਹੀਏ ਮਹਿਲਾਓਂ ਕੋ ਸਾਹਸ ਦੇਣੀ ਚਾਹੀਏ ਕਿ ਤੁਹਾਡੀ ਬਦਨਾਮੀ ਨਹੀਂ ਹੋਗੀ ਤੁਮ ਇਹ ਬਾਤ ਜਹਾਂ ਤੁਹਾਰੇ ਸਾਥ ਸ਼ੋਸ਼ਣ ਹੁਆ ਹੈ ਔਰ ਯਾ ਤੁਹਾਰੇ ਸਾਥ ਦੁਰਵਿਵਹਾਰ ਹੁਆ ਹੈ ਉਸਕੋ ਬਾਹਰ ਨਿਕਾਲਨੇ ਕੇ ਲਈ ਕੋਈ ਸ਼ਰਮ ਨਹੀਂ ਹੋਣਾ ਚਾਹੀਏ। ਇਸ ਤੋਂ ਇਲਾਵਾ ਰਾਸ਼ਟਰੀ ਸਵੈ ਸੇਵਕ ਸੰਘ ਦੇ ਲੀਡਰ ਇੰਦਰੇਸ਼ ਕੁਮਾਰ ਨੇ MJ ਅਕਬਰ ਉੱਤੇ ਬੋਲਦਿਆਂ ਕਿਹਾ ਕਿ ਜਿਨ੍ਹਾਂ ਉੱਤੇ ਅਨੈਤਿਕਤਾ ਦੇ ਦੋਸ਼ ਲੱਗਦੇ ਹਨ ਉਹਨਾਂ ਖਿਲਾਫ਼ ਤੁਰੰਤ ਸ਼ਿਕਾਇਤ ਦਰਜ ਹੋਣੀ ਚਾਹੀਦੀ ਹੈ ਨਾ ਕਿ 10 ਤੋਂ 15 ਸਾਲ ਮਗਰੋਂ। ਸਹਿ ਕਿ ਪਹਿਲੀ ਬਾਤ ਮੈਂ ਇਹ ਕਹੂੰਗਾ ਜਿਸ ਵੀ ਦੇਸ਼ ਕੀ ਬੇਟੀਆਂ ਔਰ ਬਹਿਨੋਂ ਸੇ ਅਗਰ ਕੋਈ ਦੁਰਵਿਵਹਾਰ ਹੁਆ ਉਹਨੇ 5-5, 10-10, 15-15 ਸਾਲ ਸਾਇਲੈਂਟ ਰਹਿਣਾ ਯੇ ਨਹੀਂ ਕਰਨਾ ਚਾਹੀਏ ਥਾ। ਉਹਨੇ ਉਸੀ ਸਮੇਂ ਮੇਂ ਇਸਕੀ ਕੰਪਲੇਂਟ ਕਰਨੀ ਚਾਹੀਏ ਥੀ ਉਸ ਸਮੇਂ ਕੰਪਲੇਂਟ ਨਾ ਕਰਨਾ ਔਰ 10-15 ਸਾਲ ਬਾਅਦ ਕਰਨਾ ਇਹ ਕੋਈ ਸ਼ੋਭਾਜਨਕ ਨਹੀਂ ਹੈ। ਦੂਸਰੀ ਬਾਤ ਜੇ ਵੀ ਕੰਪਲੇਂਟ ਹੋਈ ਹੈ ਔਰ ਜਿਨ ਵੀ ਪੁਰਸ਼ੋਂ ਕੋ ਲੇਕਰ ਹੋਈ ਹੈ ਉਨਕੋ ਔਰ ਵਿਦ ਫੋਰਸ ਇਸਕੋ ਬੋਲਡਲੀ ਫੇਸ ਕਰਨਾ ਚਾਹੀਏ। ਅਗਰ ਕਹੀਂ ਅਤਿਆਚਾਰ ਅਨਿਆਯ ਹੁਆ ਥਾ ਅਨੈਤਿਕਤਾ ਹੋਈ ਥੀ ਉਹਨੇ ਵੀ 10-15 ਸਾਲ ਨਾ ਬੋਲਣਾ ਇਹ ਕੋਈ ਸ਼ੋਭਾਜਨਕ ਨਹੀਂ ਹੈ। ਅਗਰ ਕਿਸੀ ਕੇ ਸਾਥ ਇਸ ਲਈ ਮੈਂ ਆਜ ਸਾਰੇ ਦੇਸ਼ ਕੋ ਅਪੀਲ ਕਰੂੰਗਾ ਅਗਰ ਕਿਸੀ ਕੇ ਸਾਥ ਐਸਾ ਅਨੈਤਿਕਤਾਪੂਰਨ ਵਿਵਹਾਰ ਹੋਤਾ ਹੈ ਦੇ ਸ਼ੁੱਡ ਨਾਟ ਵੇਟ ਫਾਰ 10 ਈਅਰਸ ਔਰ 15 ਈਅਰਸ ਦੇ ਸ਼ੁੱਡ ਇਮੀਡੀਏਟਲੀ ਗੋ ਟੂ ਦਾ ਕੋਰਟ ਗੋ ਟੂ ਦਾ ਜਸਟਿਸ ਇਸ ਦੇਸ਼ ਕੇ ਅੰਦਰ ਇਸ ਪਰੰਪਰਾ ਕੋ ਜਨਮ ਦੇਣਾ ਚਾਹੀਏ। ਦੇਸ਼ ਕੋ ਗੰਦਗੀ ਕਾ ਅਖਾੜਾ ਨਹੀਂ ਬਣਾਉਣਾ ਚਾਹੀਏ ਦੇਸ਼ ਕੋ ਜੀਵਨ ਮੁੱਲਿਓਂ ਕਾ ਔਰ ਸੱਭਿਅਤਾ ਕਾ ਕੇਂਦਰ ਬਣਾਉਣਾ ਚਾਹੀਏ।